ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਸੁਰਿੰਦਰਪਾਲ ਸਿੰਘ ਵਰਪਾਲ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਵਾਰ ਮੁੜ ਇਤਿਹਾਸ ਸਿਰਜਿਆ ਹੈ ਅਤੇ 5ਵੀਂ ਵਾਰ ਮਾਕਾ ਟਰਾਫੀ ਦੇ ਉੱਤੇ ਕਬਜ਼ਾ ਕੀਤਾ ਹੈ, ਜਿੱਤ ਹਾਸਲ ਕੀਤੀ ਹੈ। ਸੋ ਬੀਤੇ ਦਿਨ ਦੇਸ਼ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਹੋਣਾ ਨੂੰ ਇਹ ਟਰਾਫੀ ਸੌਂਪੀ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਅੱਜ ਇਹ ਟਰਾਫੀ ਪਹੁੰਚੀ ਹੈ ਅਤੇ ਜਿਸ ਨੂੰ ਲੈ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਵਿਆਹ ਵਾਲਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਖੁੱਲ੍ਹੀ ਜੀਭ ਦੇ ਵਿੱਚ ਮੁੱਖ ਗੇਟ ਤੋਂ ਇਹ ਟਰਾਫੀ ਹੈ ਸਨਮਾਨ ਸਮਾਗਮ ਤੱਕ ਲੈ ਕੇ ਜਾਈ ਜਾ ਰਹੀ ਹੈ ਅਤੇ ਉੱਥੇ ਜਾ ਕੇ ਉਹਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ ਜਿਨ੍ਹਾਂ ਖਿਡਾਰੀਆਂ ਨੇ ਇਸ ਟਰਾਫੀ ਨੂੰ ਲਿਆਉਣ ਦੇ ਵਿੱਚ ਵੱਡੇ ਮਾਰ ਕੇ ਮਾਰੇ ਨੇ, ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ। ਗੁਰੂ ਨਾਨਕ ਦੇਵ ਯੂਨੀਵਰਸਿਟੀ 5ਵੀਂ ਵਾਰ ਇਹ ਕਾਰਨਾਮਾ ਕੀਤਾ ਹੈ ਤਾਂ ਇਸ ਕਾਰਨਾਮੇ ਨੂੰ ਲੈ ਕੇ ਪੂਰੇ ਅੰਮ੍ਰਿਤਸਰੀ ਨੇ ਬਲਕਿ ਪੰਜਾਬ ਦੇ ਵਿੱਚ ਵੀ ਇੱਕ ਵੱਡਾ ਉਤਸ਼ਾਹ ਅਤੇ ਝਾਅ ਦੇਖਣ ਨੂੰ ਮਿਲ ਰਿਹਾ ਹੈ। ਸੋ ਵੱਡੀਆਂ ਉਪਲਬਧੀਆਂ ਦੇ ਵਿੱਚ ਇੱਕ ਵੱਡੀ ਇਹ ਉਪਲਬਧੀ ਹੈ ਕਿ ਦੇਸ਼ ਦਾ ਸਭ ਤੋਂ ਵੱਡਾ ਇਹ ਸਨਮਾਨ ਹੈ ਮਾਕਾ ਟਰਾਫੀ। ਜਦੋਂ ਅਸੀਂ ਮਾਕਾ ਟਰਾਫੀ ਦੇ ਇਤਿਹਾਸ ਦੇ ਉੱਤੇ ਝਾਤ ਮਾਰਦੇ ਹਾਂ ਤਾਂ ਇਹ 1956 ਦੇ ਵਿੱਚ ਭਾਰਤ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਸੀ। ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਭ ਤੋਂ ਪਹਿਲਾਂ 1976-77 ਦੇ ਵਿੱਚ ਇਹ ਟਰਾਫੀ ਨੂੰ ਆਪਣੇ ਨਾਮ ਕੀਤਾ ਸੀ। ਸੋ ਉਸ ਤੋਂ ਬਾਅਦ ਲਗਾਤਾਰ 1979 ਤੋਂ 1987, ਫਿਰ 1991 ਤੋਂ 94 ਅਤੇ ਫਿਰ 97 ਤੋਂ ਲਗਾਤਾਰ 2003 ਤੱਕ ਯੂਨੀਵਰਸਿਟੀ ਦਾ ਕਬਜ਼ਾ ਰਿਹਾ। ਸਾਲ 2006, 2010, 2011, 2018, 2022 ਅਤੇ ਹੁਣ 2023 ਦੇ ਵਿੱਚ ਇਹ ਸਿਲਵਰ ਜਿਹੜੀ ਜੁਬਲੀ ਹੈ ਯੂਨੀਵਰਸਿਟੀ ਨੇ ਮਾਕਾ ਦੀ ਉਹ ਹਾਸਲ ਕੀਤੀ ਹੈ। ਸੋ ਬਹੁਤ ਹੀ ਖੁਸ਼ੀ ਵਾਲਾ ਮਾਹੌਲ। ਗੱਲਬਾਤ ਕਰਾਂਗੇ ਸਪੋਰਟਸ ਡਾਇਰੈਕਟਰ ਡਾਕਟਰ ਕਵਰ ਮਨਦੀਪ ਸਿੰਘ, ਜਿਨ੍ਹਾਂ ਦੇ ਇਹਨਾਂ ਨੂੰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ, ਇੱਕ ਵੱਡਾ ਮੁਕਾਮ, ਇੱਕ ਇਤਿਹਾਸ ਸਿਰਜਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ? ਬਿਲਕੁਲ ਜੀ, ਬਿਲਕੁਲ 5ਵੀਂ ਵਾਰੀ ਜਿਹੜਾ ਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਆ ਜੀ। ਬੜਾ ਮਾਣ ਮਹਿਸੂਸ ਹੋ ਰਿਹਾ, ਮਾਣ ਇਸ ਚੀਜ਼ ਦਾ ਮਹਿਸੂਸ ਹੋ ਰਿਹਾ ਕਿ ਮੈਨੂੰ ਵਰਦੀ ਵਾਈਸ ਚਾਂਸਲਰ ਜੀ ਨਾਲ ਮੌਕਾ ਮਿਲਿਆ ਜਾ ਕੇ ਰਾਸ਼ਟਰਪਤੀ ਭਵਨ 'ਚ 5ਵੀਂ ਵਾਰੀ ਟਰਾਫੀ ਹਾਸਲ ਕਰਨ ਦਾ। ਇਹ ਟਰਾਫੀ ਇਹਨਾਂ ਬੱਚਿਆਂ ਦੀ ਆ ਜਿਹੜਾ ਅੱਗੇ ਅੱਗੇ ਭੰਗੜਾ ਪਾਉਂਦੇ ਜਾ ਰਹੇ ਨੇ ਜੀ। ਇਹਨਾਂ ਕੋਚਾਂ ਦੀ ਮਿਹਨਤ ਆ, ਜਿਨ੍ਹਾਂ ਦੀ ਬਦੌਲਤ ਸਾਡੇ ਕੋਲ ਇਹ ਟਰਾਫੀ ਆਈ ਆ, ਅਤੇ ਬੜਾ ਬੜੀ ਖੁਸ਼ੀ ਅਤੇ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਕਿ ਐਜ਼ ਆ ਡਾਇਰੈਕਟਰ ਸਪੋਰਟਸ 'ਤੇ ਕੰਮ ਕਰ ਰਹੇ ਹਾਂ ਅਤੇ ਮੇਰੇ ਹੁੰਦਿਆਂ ਜਿਹੜੀ 5ਵੀਂ ਵਾਰੀ ਆਈ ਹੈ। ਇੱਕ ਵੱਡਾ ਰਿਕਾਰਡ ਹੈ ਕਿ 5ਵੀਂ ਵਾਰ ਇਹ ਟਰਾਫੀ ਤੁਹਾਡੇ ਹੱਥ ਦੇ ਵਿੱਚ ਆਈ ਹੈ, ਅਤੇ ਜਦੋਂ ਤੁਸੀਂ ਲੈਣ ਗਏ ਸੀ ਰਾਸ਼ਟਰਪਤੀ ਦੇ ਕੋਲੋਂ ਤਾਂ ਰਾਸ਼ਟਰਪਤੀ ਦੇ ਕੋਲੋਂ ਸਨਮਾਨ ਹਾਸਲ ਕਰਨਾ, ਉਦੋਂ ਮਨ ਦੇ ਵਿੱਚ ਕੀ ਕੁਛ ਚੱਲ ਰਿਹਾ ਸੀ, ਕਿੰਨਾ ਕੁ ਮਾਣ ਸਨਮਾਨ ਮਹਿਸੂਸ ਹੋ ਰਿਹਾ ਸੀ? ਇਹ ਦੇਖੋ ਜੀ, ਇਹ ਬੜੀ ਤਕੜੀ ਇੱਕ ਮਾਣ ਵਾਲੀ ਗੱਲ ਹੈ ਜੀ ਕਿ ਦੁਨੀਆ ਆਪਣੇ ਦੇਸ਼ ਦੇ ਜਿਹੜੇ ਸਭ ਤੋਂ ਵੱਧ ਸਪੋਰਟਸ ਅਵਾਰਡ ਨੇ, ਅਰਜਨ ਅਵਾਰਡਸ ਨੇ, ਦਰੋਣਾਚਾਰ ਅਵਾਰਡਸ ਨੇ, ਸਾਰੇ ਜਿੰਨੇ ਵੀ ਖੇਡ ਰਤਨ ਅਵਾਰਡ ਦੇ ਅਵਾਰਡਸ ਨੇ, ਉਹ ਜਦੋਂ ਮਿਲਣ ਜਾ ਰਹੇ ਉਹਦੇ ਨਾਲ ਸਾਨੂੰ ਇੱਕ ਆਪਣੀ ਮਾਕਾ ਟਰਾਫੀ ਜਿਹੜੀ ਆ ਉਹ ਮਿਲਣ ਜਾ ਰਹੀ ਆ। ਰਾਸ਼ਟਰਪਤੀ ਭਵਨ 'ਚ ਜਾਣਾ, ਇੱਕ ਉੱਦਾਂ ਹੀ ਕੋਈ ਫੰਕਸ਼ਨ ਅਟੈਂਡ ਕਰਨਾ ਅਤੇ ਇੱਕ ਅਵਾਰਡ ਲੈ ਕੇ ਆਉਣਾ, ਬੜੀ ਮਿਹਨਤ ਰੱਖਦਾ ਜੀ। ਇੱਕ ਬੜਾ ਪ੍ਰਾਊਡ ਮੂਮੈਂਟ ਹੁੰਦੀ ਆ ਤੁਸੀਂ ਰਾਸ਼ਟਰਪਤੀ ਭਵਨ 'ਚ ਜਾ ਕੇ ਰਾਸ਼ਟਰਪਤੀ ਦੇ ਨਾਲ ਮਿਲਣਾ ਅਤੇ ਰਾਸ਼ਟਰਪਤੀ ਦੁਆਰਾ ਤੁਹਾਨੂੰ ਵਧਾਈ ਦਿੱਤੀ ਜਾਣੀ, ਤੁਹਾਨੂੰ ਉਹਨਾਂ ਵੱਲੋਂ ਟਰਾਫੀ ਦਿੱਤੀ ਜਾਣੀ ਅਤੇ ਉਹਨਾਂ ਨਾਲ ਤੁਸੀਂ ਚਾਹ ਦਾ ਕੱਪ ਦੇ ਉੱਤੇ ਚਾਹ ਦਾ ਕੱਪ ਪੀਣਾ, ਨਾਲ ਸਨੈਕਸ ਲੈਣੇ, ਇਹ ਇੱਕ ਇੱਕ ਡਿਫਰੈਂਟ ਤਰ੍ਹਾਂ ਦਾ ਐਕਸਪੀਰੀਅੰਸ ਹੁੰਦਾ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਜਿੰਨੀ ਵੱਡੀ ਜਿੱਤ ਹੁੰਦੀ ਆ ਉਨੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਹੁਣ ਇਤਿਹਾਸ ਸਿਰਜੋ ਤੋਂ ਬਾਅਦ ਕਿੰਨੀ ਕੁ ਜ਼ਿੰਮੇਵਾਰੀ ਵੱਡੀ ਤੁਸੀਂ ਮਹਿਸੂਸ ਕਰ ਰਹੇ? ਦੇਖੋ ਜੀ, ਜਿਹੜੀ ਇਹ ਉਪਲਬਧੀ ਹਾਸਲ ਕੀਤੀ ਆ ਜੀ,
ਇਹਨੂੰ ਮੇਨਟੇਨ ਕਰਕੇ ਰੱਖਣਾ ਇੱਕ ਵੱਧ ਜ਼ਿੰਮੇਵਾਰੀ ਬਣ ਜਾਂਦੀ ਆ, ਸਾਡੇ 'ਤੇ ਵੀ ਬਣਦੀ ਆ, ਸਾਡੇ ਕੋਚਿਸ 'ਤੇ ਵੀ ਬਣਦੀ ਆ, ਸਾਡੇ ਪ੍ਰਿੰਸੀਪਲਸ 'ਤੇ, ਸਾਡੇ ਐਚਓਡੀਸ 'ਤੇ, ਸਾਡੇ ਕਾਲਜਿਸ 'ਤੇ ਵੀ ਅਸੀਂ ਇਹਨੂੰ ਮੇਨਟੇਨ ਕਰਕੇ ਕਿੱਦਾਂ ਰੱਖਣਾ। ਜਿੱਦਾਂ ਸਾਨੂੰ ਹੁਣ ਯੂਨੀਵਰਸਿਟੀ ਨੂੰ ਨੈਕ ਦੇ ਵਿੱਚ 3.85 ਜਿਹੜਾ ਆਊਟ ਆਫ 4 ਸਕੋਰ ਮਿਲਿਆ ਜੀ, ਅਤੇ ਉਹਨੂੰ ਵੀ ਮੇਨਟੇਨ ਕਰਕੇ ਬੜਾ ਰੱਖਣਾ। ਅਕੈਡਮਿਕਲੀ ਵੀ ਯੂਨੀਵਰਸਿਟੀ ਬਹੁਤ ਤਰੱਕੀ ਦੇ ਵਿੱਚ ਆ, ਸਪੋਰਟਸ ਦੇ ਵਿੱਚ ਵੀ ਬਹੁਤ ਤਰੱਕੀ ਦੇ ਆ। ਇਹ ਓਨਲੀ ਬਿਕੋਜ਼ ਆਫ ਦੀ ਜਿਹੜੀ ਇੱਕ ਸੋਚ ਸਾਡੇ ਵਰਦੀ ਵਾਇਸ ਚਾਂਸਲਰ ਜੀ ਦੀ ਆ, ਸਾਡੀ ਐਡਮਿਨਿਸਟ੍ਰੇਸ਼ਨ ਦੀ ਆ ਜੀ, ਇਹ ਸਾਰਾ ਉਹਦੇ ਕਰਕੇ ਆ ਜੀ ਵੀ ਅਸੀਂ ਆਏ ਮੁਕਾਮ ਹਾਸਲ ਕਰ ਸਕਦੇ। ਆਖਰੀ ਸਵਾਲ ਹੈ ਕਿ ਅਰਜੁਨ ਅਵਾਰਡ ਵੀ ਜਿਹੜਾ ਯੂਨੀਵਰਸਿਟੀ ਦੇ ਖਿਡਾਰੀ ਨੂੰ ਮਿਲਿਆ ਹੈ, ਉਹਦੇ ਨਾਲ ਹੋਰ ਵੀ ਕਿੰਨਾ ਕੁ ਫਖਰ ਮਹਿਸੂਸ ਹੋਇਆ? ਦੇਖੋ ਜੀ, ਤੁਸੀਂ ਟਰੋਫੀ ਲੈਣ ਜਾ ਰਹੇ ਹਾਂ, ਉੱਥੇ ਤੁਹਾਡੇ ਸਟੂਡੈਂਟ ਜਾ ਕੇ, ਤੁਹਾਡੇ ਪਲੇਅਰ ਜਾ ਕੇ ਉੱਥੇ ਅਰਜੁਨ ਅਵਾਰਡ ਲੈ ਰਹੇ ਹਾਂ, ਅਤੇ ਇੱਕੋ ਯੂਨੀਵਰਸਿਟੀ ਤੋਂ ਉੱਥੇ ਤੁਹਾਡੇ ਪਲੇਅਰ ਵੀ ਬੈਠੇ ਹੋਣ ਅਤੇ ਤੁਸੀਂ ਬੈਠੇ ਹੋ ਉੱਥੇ ਜਾ ਕੇ, ਅਤੇ ਇੱਕ ਜਿਹੜਾ ਤਜਰਬਾ ਕਹਿ ਲਓ ਜਾਂ ਇੱਕ ਅਹਿਸਾਸ, ਉਹ ਇੱਕ ਵੱਖਰਾ ਕਿਸਮ ਦਾ ਹੁੰਦਾ। ਫਿਰ ਤੁਹਾਨੂੰ ਆਪਣੇ ਆਪ ਫੀਲ ਹੁੰਦਾ ਵੀ ਵਾਕਈ ਤੁਸੀਂ ਸਪੋਰਟਸ ਲਈ ਕੁਛ ਕਰ ਰਹੇ ਹੋ, ਤਾਂ ਹੀ ਤੁਹਾਡੇ ਨਾਲ ਉਹ ਬਹਿ ਕੇ ਅਰਜੁਨ ਅਵਾਰਡ ਲੈ ਰਹੇ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਥੈਂਕ ਯੂ। ਇਹ ਸਨ ਸਪੋਰਟਸ ਰਾਈਟਰ ਡਾਕਟਰ ਕੰਵਰ ਮਨਦੀਪ ਸਿੰਘ, ਜਿਨ੍ਹਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਇੱਕ ਵੱਡੀ ਉਪਲਬਧੀ ਜਿਹੜੀ ਹੈ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਹਾਸਲ ਕੀਤੀ ਹੈ, ਅਤੇ ਇੱਕ ਮਾਣ ਵੀ ਮਹਿਸੂਸ ਕਰ ਰਹੇ ਨੇ, ਅਤੇ ਜਦੋਂ ਰਾਸ਼ਟਰਪਤੀ ਦੇ ਕੋਲੋਂ ਇਹ ਸਨਮਾਨ ਉਹ ਹਾਸਲ ਕਰ ਰਹੇ ਸੀ ਤਾਂ ਇੱਕ ਵੱਖਰੇ ਤਰੀਕੇ ਦਾ ਅਹਿਸਾਸ ਉਹਨਾਂ ਨੂੰ ਸੀ, ਕਿਉਂਕਿ ਇੱਕ ਵੱਡਾ ਇਤਿਹਾਸ ਸੀ। 5ਵੀਂ ਵਾਰ ਇਹ ਜਿਹੜੀ ਹੈ ਮਾਕਾ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰਾਪਤੀ ਜਿਹੜੀ ਹੈ ਉਹ ਕੀਤੀ ਹੈ। ਸਾਰੇ ਬਹੁਤ ਖੁਸ਼ ਹੈ ਕਿ 25ਵੀਂ ਵਾਰੀ ਸਾਡੀ ਟਰੋਫੀ ਆਈ ਹੈ, ਸਾਡੀ ਯੂਨੀਵਰਸਿਟੀ ਦਾ ਨਾਮ ਪੂਰੇ ਇੰਡੀਆ 'ਚ ਹੋ ਰਿਹਾ ਹੈ। ਮਤਲਬ ਇੰਨਾ ਪ੍ਰਾਊਡ ਫੀਲ ਕਰ ਰਹੀ ਹੈ ਕਿ ਮੈਂ ਇਸ ਯੂਨੀਵਰਸਿਟੀ ਦਾ ਹਿੱਸਾ ਹੈ, ਕਿ ਅਸੀਂ ਪੂਰੇ ਇੰਡੀਆ ਨੂੰ ਬਹੁਤ ਵੱਡੇ ਵੱਡੇ ਮੈਡਲ ਦਿੱਤੇ। ਅਸੀਂ ਗੋਲਡ ਮੈਡਲ, ਸਿਲਵਰ ਮੈਡਲ, ਓਲੰਪਿਕ ਵਿੱਚ ਵੀ ਕੁਆਲੀਫਾਈ ਕੀਤਾ। ਸਾਡੀ ਯੂਨੀਵਰਸਿਟੀ ਦਾ ਬਹੁਤ ਨਾਮ ਹੈ ਪੂਰੇ ਇੰਡੀਆ 'ਚ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। I'm very happy to have this interview as we are having a great time here, as we are very happy that our university got this trophy and our college is also a part of it, and thanks for your interview and thanks for everything that we are getting from this university. Thank you. Guru Nanak Dev University de dean Pavjupreet Mahinder Singh Bedi sahab, ਕਿਵੇਂ ਦਾ ਮਹਿਸੂਸ ਹੋ ਰਿਹਾ? ਇਤਿਹਾਸ ਵੱਡਾ ਸਿਰਜਿਆ ਅੱਜ ਯੂਨੀਵਰਸਿਟੀ ਦੇ ਵਿੱਚ, ਮਾਕਾ ਇੱਕ ਵਾਰ ਦੁਬਾਰਾ ਪਹੁੰਚੀ ਹੈ। ਜਿਵੇਂ ਜੀ ਤੁਸੀਂ ਕਿਹਾ ਵਾ, ਵਾਕਈ ਇਤਿਹਾਸ ਸਿਰਜਿਆ ਗਿਆ ਵਾ। 25ਵੀਂ ਵਾਰੀ ਵਾਈਸ ਚਾਂਸਲਰ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਮਾਕਾ ਟਰੋਫੀ ਆਈ ਹੈ। ਅੱਜ ਵਾਕਈ ਇੱਥੇ ਖੁਸ਼ੀਆਂ ਦਾ ਮਾਹੌਲ ਹੈ, ਬੱਚੇ ਆਪਸ 'ਚ ਐਡੇ ਖੁਸ਼ ਨੇ, ਟੀਚਰਸ, ਸਾਰੇ ਵਿਦਿਆਰਥੀ, ਸਾਰੇ ਨੋਨ ਟੀਚਿੰਗ ਵਾਲੇ, ਰਿਸਰਚ ਸਕਾਲਰ, ਸਪੋਰਟਸਮੈਨ, ਸਾਰੇ ਬੜੇ ਖੁਸ਼ੀਆਂ ਦਾ ਮਾਹੌਲ ਹੈ। ਸਾਨੂੰ ਤਾਂ ਜਦੋਂ ਦਾ ਬਾਕਾ ਟਰਾਫੀ ਪਤਾ ਲੱਗੀ ਹੈ ਕਿ ਸਾਡੇ ਮਤਲਬ ਕਿ ਯੂਨੀਵਰਸਿਟੀ ਨੂੰ ਮਿਲੀ ਹੈ, ਸਾਨੂੰ ਤਾਂ ਉਦੋਂ ਹੀ ਚਾਹ ਚੜ੍ਹ ਗਏ ਸੀ। ਵਾਕਈ ਅੱਜ ਇਹ ਦਿਨ ਹਿਸਟਰੀ ਦੇ ਵਿੱਚ ਸੋਨੇ ਦੇ ਅੱਖਰਾਂ ਨਾਲ ਲਿਖਿਆ ਜਾਊਗਾ। ਡਾਕਟਰ ਅਮਰਜੀਤ ਸਿੰਘ, ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਇਸ ਮੁਬਾਰਕ ਮਾਹੌਲ ਦੇ ਵਿੱਚ? ਇਹ ਬਹੁਤ ਹੀ ਖੁਸ਼ੀ ਦਾ ਦਿਹਾੜਾ ਅੱਜ ਜਿਹੜਾ ਹੈ, ਕਿ ਯੂਨੀਵਰਸਿਟੀ ਨੇ 25ਵੀਂ ਵਾਰ ਜਿਹੜਾ ਹੈ ਇਸ ਟਰੋਫੀ ਨੂੰ ਜਿੱਤਿਆ। ਔਰ ਉਸ ਤੋਂ ਵੀ ਜ਼ਿਆਦਾ ਖੁਸ਼ੀ ਵਾਲੀ ਗੱਲ ਇਹ ਹੈ ਕਿ ਪਿਛਲੇ ਸਾਲ ਵੀ ਅਸੀਂ 24ਵੀਂ ਵਾਰ ਵੀ ਜਿੱਤੇ ਸੀ, 25ਵੀਂ ਵਾਰ ਵੀ ਜਿਹੜਾ ਦੁਬਾਰਾ ਜਿੱਤ ਕੇ ਲੈ ਕੇ ਆਏ ਹਾਂ। ਇਹ ਬਹੁਤ ਹੀ ਖੁਸ਼ੀ ਦੇ ਪਲ ਨੇ। ਇਹ ਸਾਡੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਸੰਧੂ ਵੱਲੋਂ ਜੋ ਨੀਤੀਆਂ ਅਪਣਾਈਆਂ ਗਈਆਂ ਨੇ ਵਿਦਿਆਰਥੀਆਂ ਨੂੰ ਅਤੇ ਸਾਡੇ ਸਪੋਰਟਸ ਵਾਲੇ ਜਿਹੜੇ ਨੇ, ਜੋ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ, ਉਹਦਾ ਨਤੀਜਾ ਸਾਨੂੰ ਮਿਲ ਰਿਹਾ ਕਿ ਅਸੀਂ ਲਗਾਤਾਰ ਦੂਜੀ ਵਾਰ ਫਿਰ ਇਹ ਟਰੋਫੀ ਲੈ ਕੇ ਵਾਪਸ ਆਏ। ਦੇਖੋ ਜੀ, ਮੈਂ
ਜਸਪਾਲ ਸਿੰਘ ਸੰਧੂ ਜੀ ਵੀਸੀ ਸਾਹਿਬ ਨੂੰ, ਉਹਨਾਂ ਦੀ ਸਾਰੀ ਟੀਮ ਨੂੰ, ਖਿਡਾਰੀਆਂ ਨੂੰ ਬਹੁਤ ਵਧਾਈ ਦਿੰਦਾ। ਅਤੇ ਸਾਡੇ ਸਾਰਿਆਂ ਲਈ, ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ 25ਵੀਂ ਵਾਰ ਜਿਹੜੀ ਮਾਕਾ ਟਰਾਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ ਹੈ। ਅੱਜ CM ਸਾਹਿਬ ਦੇ ਨਾਲ ਮੀਟਿੰਗ ਸੀਗੀ ਅਤੇ ਉਹਨਾਂ ਨੇ ਵੀ ਖਾਸ ਤੌਰ 'ਤੇ ਵਧਾਈ ਦੇ ਕੇ ਭੇਜਿਆ ਕਿ VC ਸਾਹਿਬ ਨੂੰ ਵਧਾਈ ਦੇਣੀ ਹੈ। ਅਤੇ ਮੈਂ ਹੁਣੇ ਦੱਸਦਾ, ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਖੇਡਾਂ ਦੇ ਲਈ 25 ਲੱਖ ਰੁਪਈਆ ਵੀ VC ਸਾਹਿਬ ਨੂੰ ਇਨਾਮ ਵਜੋਂ, ਜਿਹੜਾ ਤੁਸੀਂ ਇਹ ਕਹਿ ਕੇ ਆਇਓ ਕਿ ਇਹਦਾ ਸਿਰਫ ਇਨਾਮ ਹੈ ਜਿਹੜਾ ਤੁਸੀਂ ਟਰੋਫੀ ਜਿਹੜੀ ਜਿੱਤੀ ਹੈ। ਅਤੇ ਬਾਕੀ ਯੂਨੀਵਰਸਿਟੀ ਆਪ ਵੀ, ਮੇਰੀ VC ਸਾਹਿਬ ਨਾਲ ਬੜੀ ਡਿਟੇਲ 'ਚ ਗੱਲਬਾਤ ਹੁੰਦੀ ਰਹਿੰਦੀ, ਹਮੇਸ਼ਾ ਦੱਸਦੇ ਰਹਿੰਦੇ ਕਿ ਸਪੋਰਟਸ ਨੂੰ ਲਾ ਕੇ ਆਪ ਬੜੇ ਇਹ ਮਤਲਬ ਕਿ ਪੋਜ਼ਿਟਿਵ ਨੇ। ਤੁਸੀਂ ਦੇਖੋ ਕਿ ਖਿਡਾਰੀ ਜਿੰਨੇ ਇੱਥੇ ਜਿਹੜੇ ਕਹਿ ਲਓ ਸਪੋਰਟਸ ਦੇ ਵਿੱਚ ਲੱਗੇ ਹੋਏ ਨੇਗੇ, ਉਹਨਾਂ ਤੋਂ ਕਿਸੇ ਤੋਂ ਫੀਸ ਨਹੀਂ ਚਾਰਜ ਕੀਤੀ ਜਾਂਦੀ। ਟ੍ਰੇਨਿੰਗ ਵੀ ਫ੍ਰੀ ਹੈ, ਡਾਇਟ ਵੀ ਫ੍ਰੀ ਹੈ, ਅਤੇ ਇਕਿਪਮੈਂਟ ਵੀ ਜਿਹੜੀ ਯੂਨੀਵਰਸਿਟੀ ਉਹਨਾਂ ਨੂੰ ਪ੍ਰੋਵਾਈਡ ਜਿਹੜਾ ਉਹ ਕਰਵਾਉਂਦੀ ਹੈ। ਸੋ ਇਹ ਚੀਜ਼ ਦੇ ਨਾਲ ਹੀ ਖਿਡਾਰੀਆਂ ਦਾ ਹੌਸਲਾ ਵੱਧ ਇਹਦੇ ਕਰਕੇ ਨਹੀਂ। ਯੂਨੀਵਰਸਿਟੀ ਤਾਂ ਹੋਰ ਵੀ ਚਲੋ ਬੜੀਆਂ ਨੇ, ਜੇ 25 ਵਾਰ ਕੋਈ ਯੂਨੀਵਰਸਿਟੀ ਮਾਕਾ ਟਰਾਫੀ ਜਿੱਤਦੀ ਹੈ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਦੂਰਅੰਦੇਸ਼ੀ ਜਿਹੜੀ ਸੋਚ ਹੁੰਦੀ ਹੈ, ਜਿਹੜੀ ਖੇਡਾਂ ਨੂੰ ਲੈ ਕੇ ਜਿਹੜੀ ਇਸ ਸੰਸਥਾ ਦੇ ਵਿੱਚ ਹੈ, ਜਿਹਦੇ ਕਰਕੇ 25 ਵਾਰ ਜਿਹੜੀ ਟਰੋਫੀ ਹੈ ਉਹ ਜਿੱਤੀ ਹੈ। ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਜਿਹੜਾ ਹੌਸਲਾ ਵਧੂਗਾ ਕਿ ਆਉਣ ਵਾਲੇ ਸਮੇਂ 'ਚ ਵੀ, ਕਿਉਂਕਿ ਜੋ ਅਸੀਂ ਸੰਕਲਪ ਲੈ ਕੇ ਚੱਲਿਆ ਕਿ ਪੰਜਾਬ ਨੂੰ ਖੇਡਾਂ ਦੇ ਵਿੱਚ ਦੁਬਾਰਾ ਪਹਿਲੇ ਨੰਬਰ 'ਤੇ ਲੈ ਕੇ ਆਉਣਾ, ਖੇਡ ਕਲਚਰ ਰਿਵਾਈਵ ਕਰਨਾ, ਇਹਦੇ ਨਾਲ ਬਹੁਤ ਵੱਡਾ ਜਿਹੜਾ ਹੌਸਲਾ ਜਿਹੜਾ ਉਹ ਮਿਲੂਗਾ। ਸੋ ਮੈਂ ਦੁਬਾਰਾ VC ਸਾਹਿਬ ਨੂੰ, ਸਾਰੇ ਸਟਾਫ ਨੂੰ, ਸਾਰੀ ਟੀਮ ਨੂੰ, ਸਾਰੇ ਖਿਡਾਰੀਆਂ ਨੂੰ ਮੈਂ ਬਹੁਤ ਵਧਾਈ ਦਿੰਦਾ। ਅਤੇ ਅੱਜ 2 ਜਿਹੜੇ ਖਿਡਾਰੀ ਅਰਜੁਨ ਅਵਾਰਡ ਲਈ ਨੋਮੀਨੇਟ ਹੋਇਆ, ਮੈਂ ਉਹਦੇ ਲਈ ਵੀ ਵਧਾਈ ਦਿੰਦਾ। ਅਤੇ ਨਾਲ 16 ਏਸ਼ੀਅਨ ਖੇਡਾਂ 'ਚ ਇਸ ਯੂਨੀਵਰਸਿਟੀ ਦੇ ਜਿਹੜੇ ਮੈਡਲ ਇੱਥੋਂ ਦੇ ਖਿਡਾਰੀ ਜਿਹੜੇ ਲੈ ਕੇ ਆਇਆ, ਮੈਂ ਉਹਦੇ ਲਈ ਵੀ VC ਸਾਹਿਬ ਨੂੰ, ਸਾਰੀ ਟੀਮ ਨੂੰ ਮੈਂ ਬਹੁਤ ਵਧਾਈ ਦਿੰਦਾ। ਬਹੁਤ ਬਹੁਤ ਖੁਸ਼ੀ ਦਾ ਮੌਕਾ ਜੀ, ਮੇਰੇ 3 ਵਾਰੀ ਮੈਂ ਲੈਣ ਗਿਆ ਹੈਗਾ, ਪਰ ਜਿੰਨੀ ਖੁਸ਼ੀ ਇਸ ਵਾਰੀ ਹੋਈ ਕਦੀ ਪਹਿਲਾਂ ਨਹੀਂ ਹੋਈ। ਬੜਾ ਸੀਗਾ, ਐਂਡ ਸਾਰੇ ਇਸ ਟਾਈਮ ਦੇ ਦਰਬਾਰ ਹਾਲ ਵਿੱਚ ਵੀ ਸਾਰਿਆਂ ਨੂੰ ਪਤਾ ਸੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟਰੋਫੀ 25ਵੀਂ ਵਾਰੀ ਆ ਰਹੀ ਹੈ। ਮੇਰੇ ਕੋਲ ਇੰਨੀਆਂ ਕੰਗ੍ਰੈਚੁਲੇਸ਼ਨ ਕਈ ਜ਼ਿੰਦਗੀ ਨਹੀਂ ਮਿਲੀਆਂ ਜਿਹੜੀਆਂ ਇਸ ਵਾਰੀ ਮਿਲੀਆਂ ਸਨ। ਸਰ, ਇੰਡੀਆ ਦੇ ਵਿੱਚ ਪਹਿਲੀ ਯੂਨੀਵਰਸਿਟੀ ਹੈ ਜਿਹਨੇ ਕਿ ਸਿਲਵਰ ਜੁਬਲੀ ਮਨਾ ਲਈ ਹੈ ਮਾਕਾ ਦੀ। ਹਾਂਜੀ, ਕਿਸ ਤਰ੍ਹਾਂ ਦੇਖਦੇ ਹੋ ਜੀ, ਅਤੇ ਕਿਸ ਤਰ੍ਹਾਂ ਦਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤੁਸੀਂ ਟਰੋਫੀ ਲਈ ਹੈ? ਸਰ, ਬਹੁਤ ਬਹੁਤ ਦੁਨੀਆ ਦੇਖੋ, ਜਿਹਨੇ ਅਰਜੁਨ ਅਵਾਰਡੀ, ਦਰੋਣਾਚਾਰੀ ਅਵਾਰਡੀ ਸੀਗੇ, ਸਾਰਿਆਂ ਨੇ ਸਾਨੂੰ ਮਿਲੇ ਆ ਕੇ ਪਰਸਨਲੀ। ਐਂਡ ਕਿਉਂਕਿ 1957 ਵਿੱਚ ਇਹ ਟਰੋਫੀ ਹੋਈ ਸ਼ੁਰੂ ਹੋਈ ਸੀਗੀ, ਅਤੇ ਆਲਮੋਸਟ 60 ਸਾਲ ਹੋ ਗਏ ਆ, ਅਤੇ ਉਸ ਤੋਂ ਬਾਅਦ ਉਹਦੇ 'ਚ 25 ਵਾਰੀ ਅਸੀਂ ਲਈ, ਮੈਂ ਸਾਡਾ 53 ਸਾਲ ਜਾਂ 54 ਸਾਲ ਦੀ ਐਗਜ਼ਿਸਟੈਂਸ ਵੀ 25 ਵਾਰੀ ਸਾਡੀ ਟਰੋਫੀ ਸਾਨੂੰ ਆਈ ਹੈ। ਸਰ, 3 ਵਾਰੀ ਤੁਸੀਂ ਲੈ ਕੇ ਆਏ ਹੋ, ਤੁਹਾਡੀ ਇੱਕ ਬੜੀ ਵੱਡੀ ਅਚੀਵਮੈਂਟ ਹੈ ਜੀ। ਉਹ ਅਚੀਵਮੈਂਟ ਤਾਂ ਜੀ ਖਿਡਾਰੀਆਂ ਦੀ ਮਿਹਨਤ, ਉਹ ਕਰਦੇ ਹਾਂ, ਇਸ ਸਪੋਰਟ ਹੀ ਪ੍ਰੋਵਾਈਡ ਕਰਦੇ ਹਾਂ। ਜਿੱਦਾਂ ਮੰਤਰੀ ਨੇ ਦੱਸਿਆ ਕਿ ਅਸੀਂ ਜਿਹੜਾ ਉਹ ਹਰ ਕੋਰਸ ਦੋ ਸੀਟਾਂ ਉੱਪਰ ਅਨੁਭਵ ਰੱਖੀਆਂ, ਭਾਵੇਂ ਟੈਕਨੀਕਲ ਕੋਰਸ, ਹਰ ਕੋਰਸ ਵਿੱਚ ਖਿਡਾਰੀਆਂ ਰਿਜ਼ਰਵ ਕੀਤੀਆਂ ਹੋਈਆਂ। ਫਿਰ ਉਹਨਾਂ ਨੂੰ ਹੋਸਟਲ ਫੈਸਿਲਿਟੀ ਪ੍ਰੋਵਾਈਡ ਕਰਦੀ, ਫੀਸਾਂ ਮਾਫ਼ ਕਰਦੀਆਂ, ਕਿਤਾਬਾਂ ਲੈ ਕੇ ਦਿੰਦੀਆਂ। ਫਿਰ ਸਾਨੂੰ ਇੰਪੋਰਟੈਂਟ ਹੈ ਜੋ ਐਗਜ਼ਾਮ ਲੈਣਾ ਹੁੰਦਾ ਇਹਨਾਂ ਨੇ, ਉਸ ਟਾਈਮ ਦੇ ਉੱਤੇ ਅਸੀਂ ਫਲੈਕਸੀਬਲ ਐਗਜ਼ਾਮ ਲੈਂਦੇ ਹਾਂ। ਇਹ ਨਹੀਂ ਕਿ ਉਹਨਾਂ ਦਾ ਟ੍ਰੇਨਿੰਗ ਚੱਲ ਰਹੀ ਹੋਵੇ ਤਾਂ ਅਸੀਂ ਐਗਜ਼ਾਮ ਚੱਲਦਾ ਹੋਵੇ ਤਾਂ ਉਹ ਟ੍ਰੇਨਿੰਗ ਨਾ ਕਰ ਸਕਣ, ਅਸੀਂ ਉਹ ਸਾਰਾ ਐਡਜਸਟ ਕਰਦੇ ਹਾਂ। ਹਰ ਸਾਲ ਆਲਮੋਸਟ 2.5 ਕਰੋੜ ਰੁਪਇਆ, 2-2.5 ਕਰੋੜ ਰੁਪਇਆ ਅਸੀਂ ਇਨਾਮ ਵੀ ਦਿੰਦੇ ਇਹਨਾਂ ਨੂੰ ਅਕੋਰਡਿੰਗ ਟੂ ਦੇ ਪਰਫੋਰਮੈਂਸ। ਇਕੁਇਪਮੈਂਟ ਜਿਹੜੀ ਹੈ ਮੈਕਸੀਮਮ, ਜਿੱਦਾਂ ਸਾਈਕਲ ਬੜੇ ਮਹਿੰਗੇ, ਤੁਸੀਂ ਤਾਂ ਦੇਖਿਆ ਹੋਣਾ, ਸਾਈਕਲ ਕਈ ਕਈ ਲੱਖ ਤਾਂ ਆਉਂਦਾ, ਸਾਰੀ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ। ਸਪੋਰਟਸ ਮੈਡੀਸਨ ਡਿਪਾਰਟਮੈਂਟ ਜਾਂ ਮਿਨਿਸਟਰੀ ਆਫ ਯੂਥ ਅਫੇਅਰਸ ਸਪੋਰਟ ਸਪੋਰਟ ਕਰਦੀ ਹੈ, ਸਾਰੀ ਰਿਹੈਬਿਲੀਟੇਸ਼ਨ ਕਰਦੀ ਹੈ, ਇਹਨਾਂ ਦੀ ਅਸੈਸਮੈਂਟ ਕਰਦੀ ਹੈ। ਸੋ ਇੱਕ ਕੰਪਰੀਹੈਂਸਿਵ ਹੈਗਾ, ਇੱਕ ਸਿਸਟਮ ਚੱਲਦਾ, ਜਿਸ ਕਰਕੇ ਸਾਨੂੰ ਹਰ ਵਾਰੀ, ਤਾਂ ਹੀ ਜਿੱਦਾਂ ਮੰਤਰੀ ਨੇ ਦੱਸਿਆ ਕਿ 16 ਖਿਡਾਰੀ ਸਾਡੇ ਏਸ਼ੀਅਨ ਗੇਮਸ ਪਾਰਟੀਸਪੇਟ ਕੀਤੇ, 13 ਸਾਡੇ ਮੈਡਲ ਆਏ 107 ਦੇ ਵਿੱਚੋਂ,
ਜਿਹੜੀ ਬੜੀ ਵੱਡੀ ਗੱਲ ਹੈ ਕਿ ਇੱਕ ਯੂਨੀਵਰਸਿਟੀ 1000 ਤੋਂ ਵੱਧ ਯੂਨੀਵਰਸਿਟੀਆਂ ਨੇ ਹਿੰਦੁਸਤਾਨ ਦੇ ਵਿੱਚ ਸਟਿਲ ਮਤਲਬ ਸਾਡੀ ਯੂਨੀਵਰਸਿਟੀ ਨੰਬਰ 1 ਇਨ ਸਪੋਰਟਸ ਹੈਗੀ ਹੈ। ਨੋਟ ਓਨਲੀ ਸਪੋਰਟਸ ਵਿੱਚ ਸਾਡੇ ਐਕਡੈਮਿਕਸ ਦੇ ਵਿੱਚ ਜਿਹੜੀ ਸਾਡੀ ਓਵਰਆਲ ਅਸੈਸਮੈਂਟ ਹੈ, ਪਿੱਛੇ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਅਸੈਸਮੈਂਟ ਐਕਰੀਡੇਸ਼ਨ ਕਾਉਂਸਲ ਆਈ ਸੀਗੀ, ਸਾਨੂੰ 3.85 ਆਊਟ ਆਫ 4 ਮਿਲਿਆ, ਹਾਈਐਸਟ ਇਨ ਦਾ ਕੰਟਰੀ, ਕਿਸੇ ਹੋਰ ਯੂਨੀਵਰਸਿਟੀ ਨੇ ਇੰਨਾ ਵੱਧ ਨਹੀਂ ਅੱਜ ਤੱਕ ਮਿਲਿਆ। ਸੋ ਅਸੀਂ ਇਕੱਲੇ ਸਪੋਰਟਸ ਵਿੱਚ ਨਹੀਂ ਕਹਿੰਦੇ, ਸਪੋਰਟਸ ਦਾ ਸਾਡਾ ਪੈਸ਼ਨ ਹੈ, ਇਸ ਇਲਾਕੇ ਦਾ ਪੈਸ਼ਨ ਹੈ, ਪਰ ਨਾਲ ਅਕੈਡਮਿਕਸ ਵਿੱਚ ਬਰਾਬਰ ਦਾ ਕੰਮ ਕਰ ਰਿਹਾ। ਸਰ ਕੀ ਇਸ ਮੈਸੇਜ ਕੀ ਦੇਣਾ ਚਾਹੋਗੇ ਸਟੂਡੈਂਟਸ ਨੂੰ ਜਿਹੜੇ ਕਿ ਅਕੈਡਮਿਕਸ ਦੇ ਨਾਲ ਸਪੋਰਟਸ ਨੂੰ ਵੀ ਆਪਟ ਕਰਨਾ ਚਾਹੁੰਦੇ ਨੇ ਜਾਂ ਕਰਨਾ ਚਾਹੀਦਾ? ਬਿਲਕੁਲ ਜੀ, ਕਿਉਂਕਿ ਜਿਹੜੇ ਸਪੋਰਟਸ ਸਾਇੰਸ ਦੇ ਵਿੱਚ ਜਿਹੜੇ ਕੋਰਸਿਸ ਸ਼ੁਰੂ ਕੀਤੇ ਨੇ ਉਹ ਇਸ ਕਰਕੇ ਸ਼ੁਰੂ ਕੀਤੇ ਨੇ ਕਿ ਸਪੋਰਟਸ ਪਰਸਨ ਵਿੱਚ ਐਡਜਸਟ ਹੋ ਸਕਣ, ਲੋ ਪੇਡ ਜੋਬਸ ਨਾ ਮਿਲਣ, ਹਾਈ ਪੇਡ ਜੋਬਸ ਨਾ ਮਿਲਣ। ਸੋ ਦੂਜਾ ਦੱਸਿਆ ਜਾਂਦਾ ਫਲੈਕਸੀਬਿਲਟੀ ਐਗਜ਼ਾਮੀਨੇਸ਼ਨ ਰੱਖੀ, ਐਡਮਿਸ਼ਨ ਓਵਰ ਐਂਡ ਦੇਖਿਆ ਜਾਏ, ਈਵਨ ਫੋਰ ਬੀ ਟੈਕ ਵਾਸ 2 ਸੀਟਾਂ ਓਵਰ ਐਂਡ ਅਬਵ ਹੈਗੀਆਂ ਨੇ, ਫਾਰਮੇ ਹਰ ਸਬਜੈਕਟ ਦੇ ਵੀ 2-2 ਸੀਟਾਂ ਐਕਸਟਰਾ ਨੇ, ਜੇ 2 ਸੀਟਾਂ ਐਕਸਟਰਾ ਨੇ ਓਬਵੀਅਸਲੀ ਅੱਛੀਆਂ ਜੋਬਸ ਮਿਲਣਗੀਆਂ। ਅੱਗੇ ਹੁੰਦਾ ਸੀਗਾ ਕਿ ਗਰੀਬ ਘਰ ਦੇ ਬੱਚੇ ਨੋਰਮਲੀ ਆਉਂਦੇ ਸੀਗੇ ਤਾਂ ਉਹਨਾਂ ਪੜ੍ਹ ਨਹੀਂ ਸਕਦੇ ਸੀ, ਵੀ ਨਾਲੇ ਰਿਜਿਡ ਸਿਸਟਮ, ਰਿਜਿਡ ਸਿਸਟਮ ਨਹੀਂ ਰੱਖਿਆ, ਐਗਜ਼ਾਮੀਨੇਸ਼ਨ ਸਿਸਟਮ ਬਹੁਤ ਫਲੈਕਸੀਬਲ ਹੈਗਾ, ਡਿਪੈਂਡਿੰਗ ਜਿੱਦਾਂ ਜਦੋਂ ਏਸ਼ੀਅਨ ਗੇਮਸ ਤੋਂ ਬੱਚੇ ਵਾਪਸ ਆਏ ਨੇ, ਉਸ 2 ਹਫ਼ਤੇ ਦੀ ਵਿੰਡੋ ਮਿਲੀ ਸੀ ਇਹਨਾਂ ਨੂੰ, ਉਹਨਾਂ ਵਿੱਚ ਵੀ ਮੋਦੀ ਸਾਹਿਬ ਨੇ ਇੱਕ ਵਾਰੀ ਬੁਲਾ ਲਿਆ, ਸੋ ਉਹ ਵੀ 4 ਦਿਨ ਕੱਟੇ ਗਏ। ਸੋ ਸਾਨੂੰ ਸਾਡੇ ਕੋਲ ਅਸੀਂ 10 ਦਿਨਾਂ ਸਾਰੇ ਐਗਜ਼ਾਮ ਖਤਮ ਕਰਕੇ ਉਹਨਾਂ ਨੂੰ ਭੇਜ ਦਿੱਤਾ ਕਿ ਉਹ ਨੈਕਸਟ ਕੈਂਪ ਲੱਗਣੇ ਸੀਗੇ। ਜੇ ਅਸੀਂ ਉਹੀ ਕਹੀਏ ਕਨਵੈਨਸ਼ਨਲ ਸਿਸਟਮ ਨੇ ਜੇ ਅਸੀਂ ਇਸ ਦਿਨ ਈਪੀਆਰ ਹੋ, ਇਸ ਦਿਨ ਕਰੋ, ਇਸੇ ਕਰਕੇ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਸਿਫਤ ਕੌਰ ਜਿਹੜੀ ਲੜਕੀ ਹੋ MBBS ਛੱਡ ਕੇ ਸਾਡੇ ਕੋਲ ਆਈ ਕਿ ਉਹ ਰਿਜਿਡ ਸਿਸਟਮ ਵਿੱਚ ਕੰਮ ਨਹੀਂ ਕਰ ਸਕਦੇ। ਜੇ ਸਪੋਰਟਸ ਪ੍ਰਮੋਟ ਕਰਨੀ ਹਿੰਦੁਸਤਾਨ, ਮੈਂ ਤਾਂ ਸ਼ੁਰੂ 'ਚ ਮੈਂ ਤਾਂ ਸਹੀ ਸਪੋਰਟਸ ਮੈਡੀਸਨ ਦਾ ਬੰਦਾ, ਸਪੋਰਟਸ ਮੈਡੀਸਨ ਡਿਸਿਪਲਿਨ ਹਿੰਦੁਸਤਾਨ 'ਚ ਮੈਂ ਲੈ ਕੇ ਆਇਆ ਸੀਗਾ ਜਦੋਂ ਸ਼ੁਰੂ ਹੋਇਆ ਇਸ ਡਿਸਿਪਲਿਨ, ਸਾਰੀ ਜ਼ਿੰਦਗੀ ਸਪੋਰਟਸ 'ਚ ਕੱਢ ਦਿੱਤੀ ਹੈ। ਸਪੋਰਟਸ ਵਾਲਿਆਂ ਨੂੰ ਕਿਹਾ ਕੀ ਚਾਹੀਦਾ, ਫਲੈਕਸੀਬਿਲਟੀ ਚਾਹੀਦੀ, ਉਹਨਾਂ ਹਿਸਾਬ ਦੇ ਨਾਲ ਟ੍ਰੇਨਿੰਗ ਹੋਣੀ ਚਾਹੀਦੀ ਹੈ। ਉਹਨਾਂ ਜਦੋਂ ਸਹੀ ਦਿਹਾੜੀ ਕਿਤਾਬਾਂ 'ਚ ਬੜੇ ਰਹਿਣਗੇ ਤਾਂ ਉਹਨਾਂ ਨੂੰ ਇੰਨਾ ਰਿਜਿਡ ਰੱਖਾਂਗੇ ਕਿੱਦਾਂ ਸਕਸੈਸਫੁਲ ਹੋਣਗੇ। ਉਸ ਹੁਣ MBBS ਕੌਣ ਛੱਡਦਾ ਜੀ, ਸਿਫਤ ਕੌਰ ਹੁਣ ਨੈਸ਼ਨਲ ਉਹਦੇ ਹੈਗਾ ਰਿਕਾਰਡ ਹੈਗਾ, ਅਤੇ ਉਹ ਰਿਕਾਰਡ ਕਿੱਦਾਂ ਕ੍ਰੀਏਟ ਹੋਇਆ, ਬਿਕੋਜ਼ ਇੱਥੇ ਆ ਕੇ ਫਲੈਕਸੀਬਿਲਟੀ ਦਿੱਤੀ ਉਹਨੂੰ।